ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਸੋ ਹੁਣ ਉਹਨੇ ਅਪਡੇਟ ਆਈ ਹੈ ਜੀ ਸਬ ਇਨਸਪੈਕਟਰ ਭਰਤੀ ਪ੍ਰੀਖਿਆ ਨੂੰ ਲੈ ਕੇ ਸਬ ਇਨਸਪੈਕਟਰ एग्जाम ਲੈ ਕੇ ਇਹਦਾ ਰੱਦ ਕਰ ਦਿੱਤਾ ਗਿਆ ਹੈ ਦੁਬਾਰਾ ਤੋਂ ਇਹ ਜਿਹੜੀ ਪ੍ਰੀਖਿਆ ਲਈ ਜਾਏਗੀ ਜੋ ਨਵੀਂ ਪ੍ਰੀਖਿਆ ਜਿਹੜੀ ਜਲਦ ਲਈ ਜਾਏਗੀ ਸੋ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਹੀ ਤੁਹਾਨੂੰ ਹਰ ਇੱਕ ਅਪਡੇਟ ਸਮੇਂ ਸਿਰ ਮਿਲਦੀ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਇਹ ਪੂਰੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ਤੇ ਭਰਤੀ ਪ੍ਰੀਖਿਆ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਕਾਇਮ ਰੱਖਣ ਲਈ ਪੰਜਾਬ ਪੁਲਿਸ ਨੇ ਸਾਬ ਇੰਸਪੈਕਟਰਾਂ ਐਸਆਈ ਦੀਆਂ 560 ਅਸਾਮੀਆਂ ਭਰਨ ਲਈ ਲਈਆਂ ਗਈਆਂ ਜੋ ਪ੍ਰੀਖਿਆਵਾਂ ਸੀ ਇਹਨਾਂ ਨੂੰ ਰੱਦ ਕਰ ਦਿੱਤਾ ਹੈ ਦਮੇ ਸਿਰੇ ਤੋਂ ਇਹ ਪ੍ਰੀਖਿਆਵਾਂ ਜਿਹੜੀਆਂ ਲਈਆਂ ਜਾਣਗੀਆਂ ਕਿਉਂਕਿ ਕਾਫੀ ਸਾਰੇ ਕੇਸ ਸੀ ਜਿਹੜੇ ਬੰਦੇ ਸੀ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਗੇ ਕਿਉਂਕਿ ਹੈਕਿੰਗ ਕਰਕੇ ਜਿਹੜਾ ਉਹਨਾਂ ਨੇ ਕਈ ਵਿਦਿਆਰਥੀਆਂ ਨੂੰ ਇਗਜ਼ਾਮ ਕਰਵਾਇਆ ਸੀ ਪਹਿਲਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਵੀਡੀਓ ਜਰੀਏ ਵੀ ਦੱਸਿਆ ਸੀਗਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ 5-7 ਬੰਦੇ ਸੀ ਜਿਹੜੇ ਫੜੇ ਗਏ ਸੀ ਉਸ ਤੋਂ ਬਾਅਦ ਮੁਹਾਲੀ ਦੇ ਵਿੱਚ ਵੀ ਕੇਸ ਆਏ ਸੀਗੇ ਸੋ ਲਗਾਤਾਰ ਆ ਰਹੇ ਸੀ ਕੇਸ ਕਰਕੇ ਜਿਹੜਾ ਐਸਆਈ ਇਗਜ਼ਾਮ ਜਿਹੜਾ ਉਹ ਕੈਨਸਲ ਕੀਤਾ ਗਿਆ ਹੈ ਜਲਦੀ ਦੁਬਾਰਾ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ ਜਿੰਮੇ ਵੀ ਅਪਡੇਟ ਆਏਗੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਆਪਣੀ ਤਿਆਰੀ ਕੰਟੀਨਿਊ ਦੁਬਾਰਾ ਫਿਰ ਤੋਂ ਸਟਾਰਟ ਕਰ ਦਿਓ ਸੋ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਸੀ ਲੇਟ ਹੋ ਗਏ ਸੀ ਸੋ ਉਹਨਾਂ ਨੂੰ ਵੀ ਮੌਕਾ ਮਿਲੇਗਾ ਜੋ ਮਿਹਨਤ ਕਰ ਰਹੇ ਨੇ ਉਹਨਾਂ ਦੇ ਮਿਹਨਤ ਦਾ ਮੁੱਲ ਹੈ ਜਿਹੜਾ ਉਹ ਜ਼ਰੂਰ ਪਵੇਗਾ। ਸੋ ਜੋ ਇਦਾਂ ਦੇ ਫਰੋਡ ਹੁੰਦੇ ਆ ਹੈਕਿੰਗ ਵਾਲੇ ਹੁੰਦੇ ਆ ਇਸ ਵਾਰ ਉਹਨਾਂ ਦਾ ਦਾ ਨਹੀਂ ਚੱਲੇਗਾ। ਪੂਰੀ ਸਖਤਾਈ ਦੇ ਵਿੱਚ ਇਗਜ਼ਾਮ ਹੈ ਜਿਹੜਾ ਉਹ ਲਿਆ ਜਾਏਗਾ। ਬਾਕੀ ਅੱਗੇ ਜੋ ਅਪਡੇਟ ਆਏਗੀ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਧੰਨਵਾਦ ਜੀ।